ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ, ਤੁਸੀਂ ਵੇਖ ਰਹੇ ਹੋ ਦ ਬੈਨੀਪਾਲ ਸ਼ੋਅ। ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਸਾਹਮਣੇ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਬੈਨੀਪਾਲ ਸਾਹਿਬ ਜਿਹੜੇ ਨੇ ਉਹ ਇੰਡੀਆ ਆਏ ਹੋਏ ਨੇ, ਉਹਨਾਂ ਦੇ ਆਪਣੇ ਰੁਝੇਵੇਂ ਨੇ ਅਤੇ ਜਿਸ ਤਰ੍ਹਾਂ ਦੇ ਨਾਲ ਉਹ ਇੱਥੇ ਵਿਚਰ ਰਹੇ ਨੇ, ਜਦੋਂ ਬਾਹਰ ਕਿਤੇ ਜਾਂਦੇ ਹੈਗੇ ਆ ਅਤੇ ਇੱਥੇ ਲੋਕ ਉਹਨਾਂ ਨੂੰ ਗੱਲ ਬੱਕੜੀਆਂ ਪਾ ਲੈਂਦੇ ਆ, ਪਸੰਦ ਕਰਦੇ ਨੇ ਸ਼ੋਅਜ਼, ਕਿਉਂਕਿ ਜਿਹੜੇ ਉਹ ਸ਼ੋਅਜ਼ ਕਰਦੇ ਨੇ ਉਹਨਾਂ 'ਚ ਸੰਜੀਦਗੀ ਕਿੰਨੀ ਆ, ਉਹਨਾਂ 'ਚ ਲੋਕ ਹਿੱਤ ਕਿੰਨਾ ਹੈ, ਅਸੀਂ ਸਾਰੇ ਜਾਣਦੇ ਹੈਗੇ ਹਾਂ। ਸੋ ਫਿਲਹਾਲ ਡਿਊਟੀ ਮੇਰੀ ਲੱਗੀ ਹੋਈ ਹੈ ਅਤੇ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜਿਵੇਂ ਧੜਾ ਧੜ ਖਬਰਾਂ ਦੇਣੀਆਂ ਨੇ ਤੁਹਾਨੂੰ, ਖਬਰ ਕੋਈ ਵੀ ਜਿਹੜੀ ਆ ਉਹ ਮੈਂ ਮਿਸ ਨਹੀਂ ਹੋਣ ਦੇਣੀ ਹੈਗੀ। ਜਿਵੇਂ ਬੈਨੀਪਾਲ ਸਾਹਿਬ ਬੜਾ ਠਹਿਰ ਠਹਿਰ ਕੇ ਬੋਲਦੇ ਨੇ, ਮੈਂ ਥੋੜ੍ਹਾ ਬਹੁਤ ਫਾਸਟ ਜਿਹੜਾ ਹੈ ਉਹ ਬੋਲਦੀ ਹੈਗੀ ਹਾਂ। ਸੋ ਤਰੀਕਾ ਜਿਹੜਾ ਹੈ ਗੱਲ ਕਰਨ ਦਾ ਉਹ ਵੱਖਰਾ ਹੋ ਸਕਦਾ, ਪਰ ਸੰਜੀਦਗੀ ਜਿਹੜੀ ਹੈ ਤੁਹਾਨੂੰ ਉਹੀ ਮਿਲੇਗੀ। ਨਾਲੋ ਨਾਲ ਜਿਹੜੀਆਂ ਖਬਰਾਂ ਨੇ ਉਹ ਲਗਾਤਾਰ ਅਸੀਂ ਤੁਹਾਨੂੰ ਜਿਹੜੀਆਂ ਦੇ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਹਾਈਲਾਈਟਸ ਦੇ ਨਾਲ ਥੋੜ੍ਹਾ ਅਨਾਲਿਸਿਸ ਵੀ ਕਰ ਲਈਏ, ਕਿਉਂਕਿ ਜਦੋਂ ਗੱਲਬਾਤ ਹੁੰਦੀ ਹੈ, ਉਹ ਕਹਿੰਦੇ ਆ ਨਾ ਕਿ ਬਾਤ ਨਿਕਲੇਗੀ ਤਾਂ ਫਿਰ ਦੂਰ ਤੱਕ ਜਾਏਗੀ, ਅਤੇ ਫਿਰ ਦੂਰ ਤੱਕ ਗੱਲ ਪਹੁੰਚਾਉਣ ਦਾ ਜ਼ਰੀਆ ਇਹੀ ਹੁੰਦਾ ਹੈ ਕਿ ਬਾਤ ਕਰਨੇ ਸੇ ਹੀ ਬਾਤ ਬਣਦੀ ਹੈ, ਅਤੇ ਫਿਰ ਗੱਲ ਕਰਾਂਗੇ ਤਾਂ ਹੀ ਤਾਂ ਗੱਲ ਬਣੇਗੀ ਨਾ। ਸੋ ਖਬਰ ਤਾਂ ਹੋਏਗੀ, ਲੇਕਿਨ ਖਬਰ 'ਤੇ ਨਜ਼ਰ ਦੇ ਨਾਲ ਖਬਰ 'ਤੇ ਗੱਲ ਵੀ ਹੋਏਗੀ, ਕਿਉਂਕਿ ਜੇ ਗੱਲ ਨਹੀਂ ਹੋਏਗੀ ਤਾਂ ਫਿਰ ਕਹਾਣੀ ਜਿਹੜੀ ਆ ਉਹ ਸੈੱਟ ਨਹੀਂ ਆਉਂਦੀ ਹੈਗੀ। ਸੋ ਅੱਜ ਜਿਨ੍ਹਾਂ ਜਿਨ੍ਹਾਂ ਖਬਰਾਂ 'ਤੇ ਸਾਡੀ ਨਜ਼ਰ ਰਹਿਣ ਵਾਲੀ ਆ, ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਫਟਾਫਟ, ਤਾਂ ਕਿ ਅਸੀਂ ਖਬਰਾਂ 'ਤੇ ਵਿਚਾਰ ਵੀ ਕਰ ਸਕੀਏ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿਸਾਨੀ ਦੀ, ਕਿਸਾਨਾਂ ਦੀ। ਟੋਲ ਪਲਾਜ਼ੇ ਜਿਹੜੇ ਮੰਨ ਲਏ, ਅੱਜ ਡੰਡੇ ਚੱਲੇ ਆ, ਅੱਜ ਪੱਗਾਂ ਜਿਹੜੀਆਂ ਨੇ ਉਹ ਲੱਥੀਆਂ ਨੇ, ਅੱਜ ਕਿੰਨੇ ਜ਼ਿਲ੍ਹੇ ਨੇ, ਕਿੰਨੇ ਟੋਲ ਪਲਾਜ਼ੇ ਨੇ, ਸਭ ਬਾਬਤ ਜਿਹੜੀ ਹੈ ਗੱਲਬਾਤ ਹੋਏਗੀ, ਅਤੇ ਫਿਲਹਾਲ ਮਾਹੌਲ ਉੱਥੇ ਕੀ ਬਣਿਆ ਹੋਇਆ ਇਸ ਬਾਬਤ ਤੁਹਾਡੇ ਨਾਲ ਚਰਚਾ ਜਿਹੜੀ ਹੈ ਉਹ ਕੀਤੀ ਜਾਏਗੀ। ਦੂਜੀ ਗੱਲ ਜਿਹੜੀ ਤੁਹਾਡੇ ਸਾਹਮਣੇ ਅਸੀਂ ਕਰਾਂਗੇ ਉਹ ਨਾਲੋ ਨਾਲ ਦਿੱਲੀ ਐਸਿਡ ਅਟੈਕ ਜਿਹੜਾ ਹੈ ਉਸ 'ਤੇ ਗੱਲ ਕਰਨੀ ਬਣਦੀ ਹੈਗੀ ਆ। ਐਸਿਡ ਅਟੈਕਸ ਜਿਹੜੇ ਨੇ ਉਹ ਹੋ ਜਾਂਦੇ ਨੇ, ਪਹਿਲਾਂ ਵੀ ਹੋ ਜਾਂਦੇ ਨੇ। ਇਹ ਵਾਲੇ ਮਾਮਲੇ ਦੇ ਵਿੱਚ ਫਲਿੱਪਕਾਰਟ, ਵੱਡੀਆਂ ਕੰਪਨੀਆਂ ਫਲਿੱਪਕਾਰਟ ਅਤੇ ਐਮਾਜ਼ੋਨ ਨੂੰ ਦਿੱਲੀ ਮਹਿਲਾ ਕਮਿਸ਼ਨ ਨੇ ਨੋਟਿਸ ਭੇਜਿਆ। ਕਿਉਂ ਭੇਜਿਆ, ਅਸੀਂ ਇਸ ਗੱਲ 'ਤੇ ਵੀ ਆਵਾਂਗੇ। ਫਿਰ ਇੱਕ ਜਿਹੜੀ ਆ ਹੋਰ ਗੱਲ ਕਰਨੀ ਹੈਗੀ ਆ, ਉਹ ਵੀ ਇੱਕ ਔਰਤ ਦੇ ਨਾਲ, ਕੁੜੀ ਦੇ ਨਾਲ ਤਾਲੁਕ ਰੱਖਦੀ ਹੈਗੀ ਆ। ਚੱਲਦੇ ਆਟੋ ਦੇ ਵਿੱਚ, ਖਰੜ ਦੇ ਵਿੱਚ ਇੱਜ਼ਤ ਨੂੰ ਹੱਥ ਪਾਇਆ ਜਾਂਦਾ ਹੈਗਾ। ਉਹ ਨਰਸ ਆ, ਘਰ ਜਾ ਰਹੀ ਆ, ਕਿਸ ਤਰ੍ਹਾਂ ਦੇ ਨਾਲ ਉਹ ਲੜਦੀ ਆ, ਕੀ ਮਾਹੌਲ ਜਿਹੜਾ ਹੈ ਉਹ ਬਣਿਆ ਹੋਇਆ, ਉਸ ਬਾਬਤ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ। ਸਿਆਸਤਾਂ ਬਾਰੇ ਵੀ ਗੱਲ ਕਰਾਂਗੇ। ਹੁਣ ਭਗਵੰਤ ਮਾਨ ਸਾਹਿਬ ਨੂੰ ਚੰਗੇ ਲੱਗਣੇ ਸ਼ੁਰੂ ਹੋ ਗਏ ਨੇ ਗਵਰਨਰ ਸਾਹਿਬ, ਕਿਸ ਤਰ੍ਹਾਂ ਚੰਗੇ ਲੱਗਣੇ ਸ਼ੁਰੂ ਹੋ ਗਏ ਨੇ ਇਸ ਬਾਰੇ ਗੱਲ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਉਹ ਚੰਗੇ ਇਨਸਾਨ ਨੇ, ਵੀ ਸਾਡੇ ਸੰਬੰਧ ਜਿਹੜੇ ਨੇ ਉਹ ਚੰਗੇ ਨੇ। ਜਿਹੜੇ ਫਿਰ ਇੰਨੀ ਦੇਰ ਤੋਂ ਚਿੱਠੀਓ ਚਿੱਠੀ ਹੋ ਰਹੇ ਸੀ, ਉਹ ਕਿਵੇਂ ਹੋ ਰਹੇ ਸੀ, ਕਿਸ ਤਰ੍ਹਾਂ ਨਾਲ ਸੀ, ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਵਿਚਾਰ ਕਰਨ ਵਾਲੀਆਂ ਨੇ, ਇਸ 'ਤੇ ਵਿਚਾਰ ਜਿਹੜਾ ਹੈ ਪੱਕਾ ਕਰਾਂਗੇ। ਫਿਰ ਇੱਕ ਗੱਲ ਜਿਹੜੀ ਇੱਕ ਚੰਗੀ ਖਬਰ ਹੈਗੀ ਆ, ਪੀਲੀਭੀਤ ਇੱਕ ਫੇਕ ਇਨਕਾਊਂਟਰ ਹੋਇਆ ਸੀ, 10 ਸਿੱਖ ਉਸ 'ਚ ਮਾਰੇ ਗਏ ਸਨ, ਅਤੇ ਉਸ 'ਤੇ ਕੀ ਕੁਝ ਜਿਹੜੀ ਹੈ ਰਾਹਤ ਆਈ ਹੈਗੀ ਆ, ਕਿਸ ਨੂੰ ਜਿਹੜੀ ਹੈ ਉਹ ਸਜ਼ਾ ਦੀ, ਅਸੀਂ ਜੇ ਗੱਲ ਕਰੀਏ ਜਾਂ ਰਾਹਤ ਦੀ ਗੱਲ ਕਰੀਏ, ਕਿਸ ਨੂੰ ਸਜ਼ਾ, ਕਿਸ ਨੂੰ ਰਾਹਤ, ਇਸ ਬਾਬਤ ਵੀ ਅਸੀਂ ਗੱਲ ਕਰਨੀ ਹੈ, ਕਿਉਂਕਿ ਮਾਮਲਾ ਇੱਥੇ ਸਿੱਖਾਂ ਦਾ ਹੈਗਾ, ਫੇਕ ਇਨਕਾਊਂਟਰ ਦਾ ਹੈਗਾ, ਝੂਠੇ ਮੁਕਾਬਲੇ ਦਾ ਹੈਗਾ। ਸੋ ਇਸ 'ਤੇ ਗੱਲ ਕਰਨੀ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਹੋਰ ਵੀ ਲਿਸਟ ਜਿਹੜੀ ਹੈ ਉਹ ਖਬਰਾਂ ਦੀ ਜਿਹੜੀ ਉਹ ਬਹੁਤ ਲੰਬੀ ਤੁਹਾਡੇ ਵਾਸਤੇ ਲੈ ਕੇ ਆਏ ਹੋਏ ਆ। ਪੁਲਿਸ ਅੜਿੱਕੇ ISI ਦਾ ਜਸੂਸ ਜਿਹੜਾ ਹੈ ਉਹ ਆ ਗਿਆ ਹੈਗਾ, ਕੀ ਕਰਦਾ ਸੀ, ਕੇਸ ਦਾ ਮੋਡਸ ਰਹਿੰਦਾ ਸੀ, ਇਸ ਬਾਰੇ ਵੀ ਗੱਲ ਜਿਹੜੀ ਹੈ ਉਹ ਕਰਨੀ ਆ। ਸੋ ਗੱਲਾਂ ਬਹੁਤ ਸਾਰੀਆਂ ਹੈਗੀਆਂ ਨੇ। ਸੋ ਮੈਨੂੰ ਲੱਗਦਾ ਹੈਗਾ ਕਿ ਅੱਗੇ ਨੂੰ ਹੁਣ ਜਾਂਦੇ ਹਾਂ ਅਤੇ ਜਦੋਂ ਗੱਲ ਕਰਾਂਗੇ ਇੱਕ ਇੱਕ ਖਬਰ ਦੇ ਉੱਤੇ ਕਮੈਂਟਸ ਰਾਹੀਂ ਜ਼ਰੂਰ ਦੱਸਿਓ, ਕਿਉਂਕਿ ਨਜ਼ਰ ਅਤੇ ਨਜ਼ਰੀਆ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਤੁਸੀਂ ਇਸ ਪ੍ਰੋਗਰਾਮ 'ਤੇ ਨਜ਼ਰ ਰੱਖੀ ਹੋਈ ਹੈ, ਬਹੁਤ ਵਧੀਆ ਗੱਲ ਹੈ, ਕਮੈਂਟਸ ਦੇ ਵਿੱਚ ਆਪਣਾ ਨਜ਼ਰੀਆ ਰੱਖੋ। ਚਲੋ ਫਿਰ ਚੱਲਦੇ ਹਾਂ, ਸਭ ਤੋਂ ਪਹਿਲਾਂ ਖਬਰ ਦਾ ਰੁੱਖ ਕਰਦੇ ਹਾਂ ਕਿਸਾਨਾਂ ਦੀ ਖਬਰ ਦਾ। ਹੁਣ ਗੱਲ ਇਹ ਆ ਕਿ ਟੋਲ ਪਲਾਜ਼ਿਆਂ 'ਤੇ ਪਹੁੰਚੇ ਹੋਏ ਹੈਗੇ ਨੇ, ਹੁਣ 11 ਜ਼ਿਲ੍ਹਿਆਂ ਦੇ 18 ਟੋਲ ਪਲਾਜ਼ੇ ਹੈਗੇ ਨੇ ਜਿੱਥੇ ਕਿ ਇਹ ਜਮਾਵੜਾ ਜਿਹੜਾ ਹੈ ਉਹ ਲੱਗਿਆ ਹੋਇਆ ਹੈਗਾ। ਹੁਣ ਜਦੋਂ ਇਹ ਜਮਾਵੜਾ ਲੱਗਿਆ ਹੋਇਆ ਤਾਂ ਗੱਲ ਕੀ ਬਣ ਰਹੀ ਹੈ, ਗੱਲ ਇੱਥੇ ਬਣ ਰਹੀ ਆ ਕਿ ਪੱਗਾਂ ਲੱਥ ਰਹੀਆਂ ਨੇ, ਲਾਠੀਚਾਰਜ ਜਿਹੜਾ ਹੈ ਉਹ ਹੋ ਰਿਹਾ ਹੈਗਾ, ਅਤੇ ਟਕਰਾਅ ਜਿਹੜਾ ਹੈ ਉਹ ਪੁਲਿਸ ਦਰਮਿਆਨ ਘੱਟ ਹੈਗਾ ਅਤੇ ਕਿਸਾਨਾਂ ਦਰਮਿਆਨ, ਅਤੇ ਨਾਲ ਜਿਹੜੇ ਟੋਲ ਪਲਾਜ਼ੇ ਵਾਲੇ ਮੁਲਾਜ਼ਮ ਹੈਗੇ ਨੇ ਉਹਨਾਂ ਵਿਚਾਲੇ ਇਹ ਟਕਰਾਅ ਜਿਹੜਾ ਉਹ ਜ਼ਿਆਦਾ ਦੇਖਣ ਨੂੰ ਮਿਲ ਰਿਹਾ। ਕਿਉਂ ਦੇਖਣ ਨੂੰ ਮਿਲ ਰਿਹਾ, ਕਿਸਾਨਾਂ ਦੀਆਂ ਆਪਣੀਆਂ ਮੰਗਾਂ ਹੈਗੀਆਂ ਨੇ ਉਸ 'ਤੇ ਅਸੀਂ ਗੱਲ ਕਰਾਂਗੇ, ਪਰ ਪਹਿਲਾਂ ਟਕਰਾਅ ਦੀ ਗੱਲ ਕਰ ਲੈਂਦੇ ਹਾਂ। ਹੁਣ ਜਿਹੜੇ ਉੱਥੇ ਟੋਲ ਮੁਲਾਜ਼ਮ ਹੈਗੇ ਨੇ ਉਹ ਇਹ ਕਹਿ ਰਹੇ ਹੈਗੇ ਆ ਕਿ ਜੀ ਇਹ ਜੇ ਫ੍ਰੀ ਕਰ ਦਿੰਦੇ ਆ ਟੋਲ
ਤੇ ਵੀ ਸਾਡੀਆਂ ਨੌਕਰੀਆਂ ਜਿਹੜੀਆਂ ਉਹ ਖਤਰੇ 'ਚ ਆ ਜਾਣਗੀਆਂ, ਸਾਡੀ ਰੋਜ਼ੀ ਰੋਟੀ ਦਾ ਮਸਲਾ ਹੋਇਆ ਹੋਇਆ ਉਹ ਆ ਕੇ ਗੱਡੀਆਂ ਦੇ ਸਾਹਮਣੇ ਲੇਟ ਜਾਂਦੇ ਨੇ, ਉਹ ਉੱਥੇ ਹੀ ਲੇਟ ਜਾਂਦੇ ਨੇ, ਬਿਲਕੁਲ ਭਰੀ ਸੜਕ ਦੇ ਉੱਤੇ ਉਹ ਲੇਟ ਜਾਂਦੇ ਨੇ। ਫਿਰ ਪੁਲਿਸ ਆਉਂਦੀ ਹੈ, ਮੌਕਾ ਸਾਂਭਣ ਦੀ ਕੋਸ਼ਿਸ਼ ਕਰਦੀ ਹੈ, ਮੌਕਾ ਸੰਭਲਦਾ ਨਹੀਂ, ਲਾਠੀ ਚਾਰਜ ਹੁੰਦਾ ਹੈਗਾ, ਅਤੇ ਕਿਸਾਨ ਬਜ਼ੁਰਗ ਨੇ, ਕਿਉਂਕਿ ਜੇ ਅਸੀਂ 16 ਥਾਈਂ ਗੱਲ ਕਰੀਏ ਅਤੇ ਅਜੇ ਤੱਕ ਦੀ ਜੇ ਖਬਰ ਦੀ ਗੱਲ ਕਰੀਏ ਤਾਂ 16 ਟੋਲ ਪਲਾਜ਼ਿਆਂ ਨੂੰ ਉਹਨਾਂ ਨੇ ਫ੍ਰੀ ਕਰਨ ਦੇ ਵਿੱਚ ਉਹਨਾਂ ਨੇ ਕਿਸੇ ਇੱਕ ਕਿਸੇ ਹੱਦ ਤੱਕ ਕਾਮਯਾਬੀ ਜਿਹੜੀ ਕਹਿ ਦਾਂਗੇ ਵੀ ਹਾਸਲ ਕੀਤੀ ਹੈਗੀ ਆ। ਹੁਣ ਇਹਦੇ ਨਾਲ ਕੀ ਹੋਏਗਾ ਕਿ ਪੈਸਾ ਜਿਹੜਾ ਹੈ ਉਹ ਆਏਗਾ ਨਹੀਂ, ਅਤੇ ਪੈਸਾ ਨਹੀਂ ਆਏਗਾ ਸਰਕਾਰ 'ਤੇ ਭਾਰ ਪਏਗਾ, ਸਰਕਾਰ 'ਤੇ ਭਾਰ ਪਏਗਾ ਅਤੇ ਉਹ ਮੰਗਾਂ ਮੰਨੇਗੀ, ਅਤੇ ਮੰਗਾਂ ਕੀ ਹੈਗੀਆਂ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਹੈਗੇ ਆ। ਜਦੋਂ ਕਿਸਾਨ ਅੰਦੋਲਨ ਸੀ ਤੁਹਾਨੂੰ ਯਾਦ ਹੋਏਗਾ, ਅਤੇ ਇਹ ਗੱਲ ਕਹੀ ਗਈ ਸੀ ਕਿ ਜੀ MSP ਵਾਲੀ ਗਰੰਟੀ ਜਿਹੜੀ ਆ ਉਹ ਹੋਣੀ ਆ, ਜਿਹੜੀਆਂ ਫਸਲਾਂ ਨੇ ਉਹ ਜਦੋਂ ਬਿਮਾਰ ਪੈ ਜਾਂਦੀਆਂ ਨੇ, ਖਰਾਬ ਹੋ ਜਾਂਦੀਆਂ ਨੇ, ਉਸ 'ਤੇ ਮੁਆਵਜ਼ਾ ਦੇਣ ਦੀ ਗੱਲ ਜਿਹੜੀ ਆ ਉਹ ਵੀ ਕਹੀ ਗਈ ਸੀ। ਫਿਰ ਹੋਰ ਵੀ ਕਈ ਵਾਅਦੇ ਕੀਤੇ ਗਏ ਸੀਗੇ ਜਿਹੜੇ ਕਿ ਵਾਅਦੇ ਪੂਰੇ ਨਹੀਂ ਹੋਏ, ਜਿਹਨਾਂ 'ਚੋਂ ਇੱਕ ਵਾਅਦਾ ਇਹ ਵੀ ਸੀ ਕਿ ਜਿਹੜੇ ਪਰਚੇ ਜਿਹੜੇ ਨੇ ਉਸ ਦੌਰਾਨ ਹੋਏ ਉਹ ਵਾਪਸ ਲਏ ਜਾਣਗੇ, ਉਹ ਵੀ ਅਜੇ ਤੱਕ ਜਿਹੜੇ ਮਾਮਲੇ ਦਰਜ ਨੇ ਉਹ ਵੀ ਵਾਪਸ ਨਹੀਂ ਲਏ ਗਏ। ਸੋ ਅਜਿਹੀਆਂ ਹੋਰ ਵੀ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਕਿਸਾਨ ਜਿਹੜੇ ਨੇ ਉਹ ਬਜ਼ਿੱਦ ਨੇ, ਅਤੇ ਉਹ ਕਹਿ ਰਹੇ ਨੇ ਕਿ ਵੀ ਅਸੀਂ ਨਹੀਂ ਇੱਥੋਂ ਉੱਠਦੇ ਹੈਗੇ। ਸੋ ਲਗਾਤਾਰ ਇਹ ਸਾਰਾ ਕੁਛ ਜਿਹੜਾ ਹੈ ਇਹ ਚੱਲ ਰਿਹਾ ਹੈਗਾ, ਅਤੇ ਅੱਜ ਵੀ ਸਥਿਤੀ ਜਿਹੜੀ ਹੈ ਖਾਸੀ ਤਣਾਅਪੂਰਨ ਲਈ ਪੁਲਿਸ ਨੂੰ ਲਾਠੀਚਾਰਜ ਜਿਹੜਾ ਹੈ ਉਹ ਕਰਨਾ ਪਿਆ, ਕਿਉਂਕਿ ਸਥਿਤੀ ਜਿਹੜੀ ਹੈ ਉਹ ਕੰਟਰੋਲ 'ਚ ਆ ਨਹੀਂ ਸੀ ਰਹੀ, ਅਤੇ ਜਦੋਂ ਸਥਿਤੀ ਕੰਟਰੋਲ 'ਚ ਨਹੀਂ ਆਈ ਉਦੋਂ ਪੁਲਿਸ ਨੇ ਫਿਰ ਲਾਠੀਆਂ ਜਿਹੜੀਆਂ ਉਹ ਵਰਾਈਆਂ ਹੈਗੀਆਂ, ਡੰਡੇ ਜਿਹੜੇ ਨੇ ਉਹ ਵਰਾਏ ਹੈਗੇ ਨੇ। ਉੱਥੇ ਅਸੀਂ ਚੰਗਾ ਨਹੀਂ ਲੱਗਦਾ ਜਦੋਂ ਅਸੀਂ ਇਹ ਲਫ਼ਜ਼ ਕਹਿੰਦੇ ਹਾਂ ਨਾ ਕਿ ਪੱਗਾਂ ਲੱਥੀਆਂ, ਇਹ ਕਹਿਣਾ ਹੀ ਚੰਗਾ ਨਹੀਂ ਲੱਗਦਾ ਹੈਗਾ, ਪਰ ਉੱਥੇ ਅਜਿਹਾ ਹੋਇਆ। ਇੱਕ ਚੀਜ਼ ਮੈਂ ਨੋਟ ਕੀਤੀ ਹੈਗੀ ਆਪਣੇ ਵੱਲੋਂ, ਜਿਹੜਾ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਚਾਹਾਂਗੀ, ਅਤੇ ਤੁਸੀਂ ਵੀ ਆਪਣੇ ਸੁਝਾਅ ਜਿਹੜੇ ਆ ਇਸ ਬਾਬਤ ਕਮੈਂਟਸ 'ਚ ਜ਼ਰੂਰ ਦਿਓ। ਜਿਸ ਵਕਤ 'ਤੇ ਸੀਗਾ ਕਿਸਾਨ ਅੰਦੋਲਨ ਹੈ ਨਾ, ਉਸ ਵਕਤ ਅਸੀਂ ਮੀਡੀਆ ਨੇ ਵੀ ਬੜੀ ਉੱਥੇ ਕਵਰੇਜ ਕੀਤੀ ਹੈਗੀ ਆ, ਉਸ ਵਕਤ 'ਤੇ ਬਹੁਤ ਕੁਛ ਹੋਇਆ ਹੈਗਾ, ਉਸ ਵਕਤ 'ਤੇ ਇੰਪੋਰਟੈਂਸ ਜਿਹੜੀ ਆ ਮਿਲ ਰਹੀ ਸੀ, ਸੋਸ਼ਲ ਮੀਡੀਆ ਦੇ ਉੱਤੇ ਵੀ ਕਿਸਾਨ ਜਿਹੜੇ ਸੀ ਉਹ ਛਾਏ ਹੋਏ ਸੀਗੇ। ਪਰ ਅੱਜ ਦੀ ਤਰੀਕ ਦੇ ਵਿੱਚ ਜਦੋਂ ਇਹ ਪ੍ਰਦਰਸ਼ਨ ਹੋ ਰਿਹਾ ਸੀ, ਅੱਜ ਦੀ ਤਰੀਕ 'ਤੇ ਅੱਗੇ ਵੀ ਕਈ ਦਿਨ ਜਿਹੜਾ ਹੈ ਇਹ ਜਾਰੀ ਰਹਿੰਦਾ ਲੱਗ ਰਿਹਾ ਹੈਗਾ, ਅਜਿਹੇ ਵਿੱਚ ਉਹਨਾਂ ਵੇਟ ਨਹੀਂ ਮਿਲ ਰਿਹਾ ਹੈਗਾ ਉਹਨੂੰ, ਉਹਨਾਂ ਜ਼ਿਆਦਾ ਉਹ ਨਜ਼ਰ ਜਿਹੜੀ ਹੈ ਇਸ ਨੂੰ ਅੰਦੋਲਨ ਦੀ ਨਜ਼ਰੀਏ ਦੇ ਨਾਲ ਨਹੀਂ ਦੇਖਿਆ ਜਾ ਰਿਹਾ ਹੈਗਾ, ਯਾਨੀ ਮੀਡੀਆ ਵੀ ਉੱਥੇ ਕੋਈ ਬਹੁਤਾ ਨਹੀਂ ਪਹੁੰਚ ਰਿਹਾ ਹੈਗਾ, ਇੰਪੋਰਟੈਂਸ ਜਿਹੜੀ ਹੈ ਇਸ ਨੂੰ ਜ਼ਿਆਦਾ ਨਹੀਂ ਦਿੱਤੀ ਜਾ ਰਹੀ ਹੈਗੀ। ਹਾਲਾਂਕਿ ਇਹ ਨਹੀਂ ਜਦੋਂ ਧਰਨੇ ਪ੍ਰਦਰਸ਼ਨ ਅਜਿਹੇ ਹੁੰਦੇ ਨੇ, ਗੱਲ ਟੋਲਾਂ ਦੀ ਹੈਗੀ ਆ, ਗੱਲ ਰੈਵਨਿਊ ਨਾਲ ਤਾਲੁਕ ਰੱਖਦੀ ਆ, ਇੱਦਾਂ ਨਹੀਂ ਕਿ ਬੋਝ ਜਿਹੜਾ ਨਹੀਂ ਪੈਂਦਾ, ਟੈਨਸ਼ਨ ਜਿਹੜੀ ਹੈ ਨਹੀਂ ਹੁੰਦੀ, ਸੂਬੇ ਦਾ ਮਾਹੌਲ ਜਿਹੜਾ ਹੋਰ ਤਰ੍ਹਾਂ ਦਾ ਨਹੀਂ ਹੁੰਦਾ, ਸਭ ਕੁਛ ਹੁੰਦਾ ਹੈਗਾ। ਪਰ ਜਿਸ ਤਰ੍ਹਾਂ ਦੀ ਇੰਟੈਂਸਿਟੀ ਉਹ ਸੀ, ਉਸ ਤਰ੍ਹਾਂ ਦੀ ਇੰਟੈਂਸਿਟੀ ਕਿਸਾਨਾਂ ਵੱਲੋਂ ਕ੍ਰੀਏਟ ਨਹੀਂ ਕੀਤੀ ਜਾ ਰਹੀ ਹੈਗੀ, ਮਤਲਬ ਉਹ ਕਰ ਨਹੀਂ ਪਾ ਰਹੇ ਹੈਗੇ। ਉਸਦਾ ਕਾਰਨ ਕੀ ਹੋ ਸਕਦਾ? ਉਸਦਾ ਕਾਰਨ ਇਹ ਹੋ ਸਕਦਾ ਕਿ ਬਹੁਤ ਸਾਰੇ ਲੋਕ ਜਦੋਂ ਕਿਸਾਨਾਂ ਨੇ ਸਿਆਸਤ ਦੇ ਵਿੱਚ ਕਦਮ ਰੱਖਿਆ ਤਾਂ ਸ਼ਾਇਦ ਲੋਕ ਜਿਹੜੇ ਉਹ ਟੁੱਟ ਜੇ ਗਏ, ਸ਼ਾਇਦ ਇਹ ਕਾਰਨ ਸੀ। ਫਿਰ ਕੁਛ ਕਰ ਨਹੀਂ ਪਾਏ, ਕਮਾਲ ਨਹੀਂ ਦਿਖਾ ਪਾਏ ਇਲੈਕਸ਼ਨਸ ਦੇ ਵਿੱਚ, ਇਹ ਵੀ ਕਾਰਨ ਰਿਹਾ ਹੋ ਸਕਦਾ, ਜਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਲੋਕ ਲਹਿਰ ਹੈ ਇਸ ਦੇ ਵਿੱਚ ਸਿਆਸਤ ਸ਼ਾਮਿਲ ਨਹੀਂ ਸੀ ਹੋਣੀ ਚਾਹੀਦੀ, ਜਾਂ ਇਹ ਕਾਰਨ ਹੋ ਸਕਦਾ ਹੈਗਾ। ਕਾਰਨ ਕੋਈ ਵੀ ਹੋ ਸਕਦਾ, ਪਰ ਕਿਸਾਨ ਜਿਸ ਤਰ੍ਹਾਂ ਦੇ ਨਾਲ ਅੱਜ ਵੀ ਉੱਥੇ ਜੂਝ ਰਹੇ ਸੀ, ਕੁਝ ਇੱਕ ਮੀਡੀਆ ਟੀਮਸ ਉੱਥੇ ਪਹੁੰਚੀਆਂ ਹੋਈਆਂ ਸੀ, ਪਰ ਕੋਈ ਬਹੁਤਾ ਲਾਠੀਚਾਰਜ ਬਹੁਤਾ ਹੋਇਆ ਉੱਥੇ, ਮਾਹੌਲ ਤਣਾਅਪੂਰਨ ਜ਼ਿਆਦਾ ਹੋਇਆ, ਪਰ ਕਵਰ ਕਰਨ ਲਈ ਬਹੁਤ ਜ਼ਿਆਦਾ ਲੋਕ ਉੱਥੇ ਮੌਜੂਦ ਨਹੀਂ ਸੀ ਹੈਗੇ। ਖੈਰ, ਰੁਕ ਕਰਦੇ ਅਗਲੀ ਖਬਰ। ਹੁਣ ਗੱਲ ਕਰਾਂਗੇ ਇੱਕ ਬਹੁਤ ਹੀ ਜ਼ਰੂਰੀ, ਬਹੁਤ ਹੀ ਗੰਭੀਰ ਖਬਰ ਦੀ। ਇਹ ਖਬਰ ਜਿਹੜੀ ਹੈ ਇਸਨੂੰ ਰਾਹਤ ਦੇਣ ਵਾਲੀ ਖਬਰ ਵੀ ਕਹਿ ਸਕਦੇ ਹੈਗੇ ਹਾਂ, ਕਿਉਂਕਿ ਮਾਮਲਾ ਜਿਹੜਾ ਹੈ ਉਹ ਸਿੱਖਾਂ ਨਾਲ ਜੁੜਿਆ ਹੋਇਆ ਹੈਗਾ। ਬਹੁਤ ਜ਼ਿਆਦਾ ਲੋਕ ਸ਼ਾਇਦ ਨਹੀਂ ਜਾਣਦੇ ਹੈਗੇ 1991 ਦਾ ਪਿਲੀਭੀਤ ਫੇਕ ਐਨਕਾਊਂਟਰ, ਯਾਨੀ ਕਿ ਝੂਠਾ ਪੁਲਿਸ ਮੁਕਾਬਲਾ ਇਹ ਹੋਇਆ ਸੀ, ਜਿਸ ਦੇ ਵਿੱਚ 10 ਸਿੱਖ ਮਾਰੇ ਗਏ ਸਨ। ਸੋ ਜਦੋਂ ਸਿੱਖਾਂ ਦੇ ਮਰਨ ਦੀ ਗੱਲ ਆਉਂਦੀ ਹੈਗੀ ਆ, ਉਹਨਾਂ ਦੀ ਮੌਤ ਦੀ ਗੱਲ ਆਉਂਦੀ ਹੈਗੀ ਆ, ਅਤੇ ਅਸੀਂ ਉਸ ਖਬਰ ਨਾਲ ਆਪੇ ਹੀ ਜੁੜ ਜਾਂਦੇ ਹੈਗੇ ਹਾਂ। ਮੌਤ ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ, ਅਤੇ ਇਸ ਤਰ੍ਹਾਂ ਦੇ ਨਾਲ ਮੌਤ ਹੋਣੀ ਇਹ ਬਿਲਕੁਲ ਵੀ ਵਾਜਬ ਨਹੀਂ ਹੈਗੀ। ਸੋ ਇਸ ਦੇ ਵਿੱਚ ਅਦਾਲਤ ਨੇ 304 IPC 304 ਭਾਗ 1 ਦੇ ਤਹਿਤ ਜਿਹੜੀ ਹੈ, ਜਿਨ੍ਹਾਂ ਨੇ ਇਹ ਫੇਕ ਐਨਕਾਊਂਟਰ ਕੀਤਾ ਸੀ ਉਹਨਾਂ ਨੂੰ ਦੋਸ਼ੀ ਜਿਹੜਾ ਹੈ ਉਹ ਕਰਾ ਦਿੱਤਾ ਹੈਗਾ। ਮਾਮਲਾ ਕੀ ਸੀ, ਤੁਹਾਨੂੰ ਪੂਰਾ ਮਾਮਲਾ ਜਿਹੜਾ ਹੈ ਉਹ ਜ਼ਰੂਰ ਦੱਸ ਦਿੰਦੇ ਹਾਂ ਕਿ ਇੱਕ ਬੱਸ ਦੇ ਵਿੱਚ ਲੋਕ ਜਾ ਰਹੇ ਸਨ, ਸਫ਼ਰ ਕਰ ਰਹੇ ਸਨ, ਅਤੇ ਉਸ ਬੱਸ ਨੂੰ ਪੁਲਿਸ ਨੇ ਰੋਕਿਆ।
उस बस नूं रोक के उस विचों 10 सिख जड़े वह कटे गए तो वह उन्हां 10 सिखां नूं वख वख थाई लैके जा के उन्हां दा एनकाउंटर कर दिता गया जिहड़ा कि एक फर्जी एनकाउंटर सी जिहड़ा कि एक फेक एनकाउंटर हैगा सी एनकाउंटर कर दिता गया उन्हां नूं मार दिता गया तो खबर यह भी निकल के सामने आई कि एक 11वां सिख भी सी वह बच्चा सी जिसका अज तक कोई भी अता पता नहीं हैगा। सो अजिहे विच अज कुछ धारावां भी आईआं ने जिन्हां तहत होर भी धारावां जिहड़ियां ने जोड़ियां गईआं ने ते साफ साफ ये गल कही गई है अदालत वालों इलाहाबाद कोर्ट वालों ये गल कही गई है कि किसी नूं मार देना सिर्फ ये सोच के कि वह अपराधी है ये बिल्कुल गलत है इसे तुसीं किसी भी तरह नाल जस्टिफाई नहीं कर सकते हैगे। सो हुण ये जो खबर आउंदी हैगी आ ते वख वख प्रतिक्रियावां जिहड़ियां ने आ रही ने मनजिंदर सिंह सिरसा जिहड़े ने उन्होंने कहा कि इत्थे अजे शुरुआत है अगे होर बड़े अजिहे सिखां दे केसिस हैगे ने जिन्हां दे विच सानूं जित जिहड़ी आ जरूर मिलेगी क्योंकि असी सच दा साथ जिहड़ा है वह दे रहे हैगे आ। सो अजिहे यह 43 का आंकड़ा जोड़ा है वह सामने आया हैगा 43 पुलिस वालिया खिलाफ जड़ी जड़ा है वह ये मामले जड़े ने हुए ने तय हुए ने तो उन्होंने दोषी जड़ा है वह करार दिता गया। एक बेहद मंदभागी खबर है तो यह खबर जड़ी है यह झंझोड़ के रख देने वाली है। एक नर्स जड़ी है वह रात को 10 बजे निकलती है ऑटो से लेट हो जाती है उसकी बस जड़ी है वह मिस हो जाती हैगी है वह ऑटो जड़ा है वह फड़ती हैगी है ऑटो तो जिमें परदा लग्या हुंदा तो परदा लग्या हुंदा रात का वक्त हुंदा वो ज़्यादा नज़र नहीं आता है तो उसने खरड़ अपने घर जाना हुंदा। सो अजिहे विच वह ऑटो जड़ा है वह फड़ती हैगी है ऑटो दे विच बहिंदी हैगी है तो उस दे विच एक होर शख्स एक ऑटो चालक तो मौजूद हुंदा ही है एक होर शख्स जड़ा है वह नाल मौजूद हुंदा है तो ये जड़े दोवें शख्स जड़े ने एक सुनसान जगह पर लेके जाके इस नर्स की इज्जत नूं हाथ पा लेंदे ने। नर्स जड़ी है वह जख्मी हो जाती है मुकाबला करती है वह बुरी तरह के नाल मुकाबला करती है तो किसी तरह के नाल जड़ा है अपनी जान बचाती हैगी है फिर उसनों हस्पताल जड़ा है वह भर्ती कराया जाता है पर इस एक गल जी है खास रही हैगी गल आ कि 12 घंटिया के अंदर अंदर एक केस जड़ा है सॉल्व किया जाता है दो शख्स जड़े ने कोई बहुत ही उम्र के नहीं है एक 24 साल का है एक 29 साल का है उन्होंने धरपकड़ जी है वह हो जाती हैगी है। सो नर्स जी है अजे भी जेरे इलाज है रात को कहते हैं कि बई हुण जदों ट्रांसपोर्ट सिस्टम जड़े ने असी फिक्स कर रहे हैं फिर कहते हैं कि असी सुरक्षा जड़ी है वह कड़ी कर रहे हैं तुसी रात को सड़कां ते घूम सकदी हां वह कोई दिक्कत वाली गल नहीं हैगी जो अज की तरीक दे विच भी अज हुण सर्दियां हैगियां जिवें हनेरा इत्थे छेती हो जाता है जे बार दुध तक भी लैन जाना हो कोई बिस्कुट भी लैन जाने जाने हूँ तो दिल जड़ा है एक बार कंबदा है पहली गल तो घर दे नहीं जान देंगे कि बई नहीं नहीं जाना है नेरा हो गया नहीं जाना आनेरा हो गया नहीं जाना ये गल कितों निकल के सामने आती है ये इतों ही निकल के सामने आती हैगी क्योंकि अपने ही सिस्टम से अपन पर ही यकीन जड़ा है वह नहीं किया जा सकता है ऑटो भी लेना जरूरी आ नौकरी भी करनी जरूरी आ लेट परेट हो जाता हैगा वो नर्स हैगी आ नर्स होंदिया होया उस वो लेट हो जाती होनी आदी बस जी मिस हो गई होनी आ किसी पेशेंट नू देख रही होनी आ डॉक्टर नू असिस्ट कर रही होनी आ कोई अपना काम कर रही होनी आ गलती हो गई उस तो उसकी बस जी मिस हो गई पर इस सब के दरमियान इस सब के दरमियान असी भी कुछ मिस किया असी मिस किया जो सुरक्षा मिलनी चाहिए सी असी उस तो मिस किया जिस तरह के नाल क्योंकि जोड़ा एरिया हैगा ना उस एरिए दे लागे ही पुलिस थाना भी हैगा उस एरिए दे आस पास जो असी ये कह लीए कि बॉर्डर जिहा पैंदा हैगा है ना वो बॉर्डर जिहा पैंदा हैगा चंडीगढ़ ते मोहाली का उत्थे पुलिस हमेशा मुस्तैद रहिंदी हैगी सो अजिहा होवे ते किवें हो जावे।
ਹਾਲਾਂਕਿ ਇੱਕ ਚੀਜ਼ ਹੋਰ ਹੈ ਇੱਥੇ, ਜਿਹੜੇ ਹਸਪਤਾਲ ਪ੍ਰਸ਼ਾਸਨ ਨੇ ਉਹਨਾਂ 'ਤੇ ਵੀ ਉਂਗਲਾਂ ਉੱਠਦੀਆਂ ਹੈਗੀਆਂ ਨੇ, ਅਤੇ ਕੋਰਟ ਵੀ ਕਹਿੰਦੀ ਆ ਕਿ ਬਈ ਲੇਟ ਜਿਹੜਾ ਆ, ਜਦੋਂ ਇਸ ਤਰ੍ਹਾਂ ਦਾ ਕੋਈ ਮਾਮਲਾ ਹੋ ਜਾਂਦਾ, ਕੁੜੀ ਕੋਈ ਲੇਟ ਹੋ ਜਾਂਦੀ ਹੈ, ਅਤੇ ਉਸ ਤੋਂ ਪਿਕ ਐਂਡ ਡਰੌਪ ਫੈਸਿਲਿਟੀ ਜਿਹੜੀ ਆ ਉਹ ਮਿਲਣੀ ਚਾਹੀਦੀ ਹੈਗੀ ਆ, ਅਤੇ ਇੱਥੇ ਔਡ ਆਵਰਸ ਦੇ ਅੰਦਰ ਪਿਕ ਐਂਡ ਡਰੌਪ ਫੈਸਿਲਿਟੀ ਕੋਈ ਵੀ ਨਹੀਂ ਦਿੰਦਾ। ਪ੍ਰਾਈਵੇਟ ਆਫਿਸਿਸ ਜਿਹੜੇ ਨੇ ਉਹ ਆਪਣੀ ਮਨਮਾਨੀ ਕਰਦੇ ਹੈਗੇ ਆ, ਕੁੜੀ ਲੇਟ ਘਰ ਜਾ ਰਹੀ ਹੈਗੀ ਆ, ਦਫ਼ਤਰ ਤੋਂ ਘਰ ਜਾ ਰਹੀ ਹੈ, ਪਿਕ ਐਂਡ ਡਰੌਪ ਫੈਸਿਲਿਟੀ ਇੱਥੇ ਦਿੱਤੀ ਹੀ ਨਹੀਂ ਜਾਂਦੀ ਹੈਗੀ। ਤੁਸੀਂ ਛੁੱਟੀ ਕਰ ਲਓਗੇ ਦਫ਼ਤਰ ਤੋਂ, ਤੁਹਾਡੀ ਸੈਲਰੀ ਜਿਹੜੀ ਹੈ ਉਹ ਕੱਟ ਲਈ ਜਾਏਗੀ, ਪਰ ਜੇ ਤੁਹਾਨੂੰ ਪਿਕ ਐਂਡ ਡਰੌਪ ਦੇਣੀ ਹੈਗੀ ਹੈ ਰਾਤ ਦੇ ਵੇਲੇ, ਤਾਂ ਪਿਕ ਐਂਡ ਡਰੌਪ ਨਹੀਂ ਦਿੱਤੀ ਜਾਏਗੀ। ਜਦ ਤੱਕ ਸਮਾਜ ਨੂੰ ਅਸੀਂ ਸੇਫ ਨਹੀਂ ਮੰਨਦੇ, ਜਦ ਤੱਕ ਪੁਲਿਸ ਸਾਡੇ ਵਾਸਤੇ ਉਹ ਰਸਤਾ ਸਾਨੂੰ ਨਹੀਂ ਦੇ ਦਿੰਦੀ ਕਿ ਜਿੱਥੇ ਅਸੀਂ ਇੱਕਦਮ ਮਖਮਲੀ ਤੌਰ 'ਤੇ ਚੱਲ ਸਕੀਏ, ਉਨੀ ਦੇਰ ਤੱਕ ਜੇ ਆਪੋ ਆਪਣਾ ਫਰਜ਼ ਹੀ ਸਮਝ ਲਈਏ ਤਾਂ ਗੱਲ ਜਿਹੜੀ ਹੈ ਕਿੱਥੇ ਦੀ ਕਿੱਥੇ ਜਾ ਪੈਂਦੀ ਹੈ। ਤਾਂ ਵੀ ਅਸੀਂ ਆਪਣੀ ਰੱਖਿਆ ਆਪ ਕਰ ਪਾਵਾਂਗੇ ਜਦ ਆਸ ਪਾਸ ਦਾ ਜਿਹੜਾ ਵਾਤਾਵਰਣ ਹੈ ਅਤੇ ਉਹ ਸੈਟਅਪ ਜਿਹੜਾ ਹੈ ਉਹ ਸਟਰੋਂਗ ਹੋਏਗਾ। ਪਰ ਨਹੀਂ ਸੀ, ਉਹ ਕੁੜੀ ਜਿਹੜੀ ਆ ਉਹ ਇਸ ਵਕਤ 'ਤੇ ਜ਼ੇਰੇ ਇਲਾਜ ਆ। ਦੁੱਖ ਹੁੰਦਾ ਹੈ ਕਿ ਤੁਹਾਨੂੰ ਅਜਿਹੀਆਂ ਖਬਰਾਂ ਦੱਸਣੀਆਂ ਪੈਂਦੀਆਂ ਨੇ। ਪਹਿਲਾਂ ਅਸੀਂ ਗੱਲ ਕੀਤੀ ਆ ਇੱਜ਼ਤ ਨੂੰ ਹੱਥ ਪਾਉਣ ਦੀ, ਅਤੇ ਹੁਣ ਅਸੀਂ ਗੱਲ ਕਰ ਰਹੇ ਹਾਂ ਐਸਿਡ ਅਟੈਕ ਦੀ, ਤੇਜ਼ਾਬ ਸੁੱਟਣ ਦੀ। ਕੁੜੀਆਂ ਦੇ ਤੇਜ਼ਾਬ ਸੁੱਟਣ ਦੇ ਮਾਮਲੇ ਜਿਹੜੇ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ। ਹਾਲਾਂਕਿ ਇਹ ਵੀ ਪਤਾ ਲੱਗਿਆ ਹੈਗਾ ਕਿ ਪੰਜਾਬ ਦੇ ਅੰਦਰ ਜਿਹੜਾ ਕ੍ਰਾਈਮ ਰੇਟ ਹੈ ਉਹਨਾਂ ਨਹੀਂ ਹੈਗਾ ਜਿੰਨਾ ਬਾਕੀ ਰਾਜਾਂ ਦੇ ਵਿੱਚ ਹੈਗਾ। ਸੋ ਇਹ ਗੱਲ ਜਿਹੜੀ ਹੈ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਰਾਹਤ ਮਿਲਦੀ ਹੈ ਇਸ ਗੱਲ ਦੇ ਨਾਲ। ਕ੍ਰਾਈਮ ਜਿਹੜਾ ਹੈ ਉਹ ਕਿਤੇ ਵੀ ਨਹੀਂ ਹੋਣਾ ਚਾਹੀਦਾ ਹੈਗਾ। ਜਦੋਂ ਜਾਨ ਜਾਂਦੀ ਆ ਫਿਰ ਉਦੋਂ ਪੰਜਾਬੀ ਹੋਵੇ, ਹਰਿਆਣਵੀ ਹੋਵੇ, ਹਿਮਾਚਲੀ ਹੋਵੇ, ਜਾਨ ਦੀ ਕੀਮਤ ਜਿਹੜੀ ਹੈ ਉਨੀ ਹੁੰਦੀ ਹੈਗੀ ਆ। ਹੁਣ ਜਿਹੜਾ ਆ ਦਿੱਲੀ ਦੇ ਵਿੱਚ ਐਸਿਡ ਅਟੈਕ ਹੋਇਆ, ਇਸ ਦੇ ਵਿੱਚ ਇੱਕ ਅਪਡੇਟ ਆਈ ਹੈਗੀ। ਉਹ ਅਪਡੇਟ ਇਹ ਆ ਕਿ ਜਿਹੜੇ ਵੁਮੈਨ ਕਮਿਸ਼ਨ ਹੈਗੀ ਆ, ਸਵਾਤੀ ਮਾਲੀਵਾਲ ਹੈਗੀ ਆ, ਉਹਨਾਂ ਨੇ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਹੈਗੀਆਂ, ਈ ਕਾਮਰਸ ਕੰਪਨੀਆਂ ਹੈਗੀਆਂ, ਐਮਾਜ਼ਨ ਅਤੇ ਫਲਿੱਪਕਾਰਟ, ਉਹਨਾਂ ਨੂੰ ਜਿਹੜਾ ਹੈ ਇਹ ਨੋਟਿਸ ਭੇਜਿਆ ਹੈਗਾ। ਇਹਨਾਂ ਨੂੰ ਨੋਟਿਸ ਤਾਂ ਕਰਕੇ ਭੇਜਿਆ ਹੈਗਾ ਕਿਉਂਕਿ ਇਹ ਦੱਸਿਆ ਗਿਆ ਕਿ ਜਿਸਨੇ ਤੇਜ਼ਾਬ ਜਿਹੜਾ ਹੈ ਉਸ ਨਾਬਾਲਿਗ ਕੁੜੀ ਦੇ ਮੂੰਹ 'ਤੇ ਸੁੱਟਿਆ ਕਥਿਤ ਤੌਰ 'ਤੇ, ਉਹ ਉਸਨੇ ਇੱਕ ਕਿਸੇ ਈ ਕਾਮਰਸ ਸਾਈਟ ਤੋਂ ਬਾਏ ਕੀਤਾ ਸੀਗਾ, ਔਨਲਾਈਨ ਬਾਏ ਕੀਤਾ ਸੀਗਾ। ਦੱਸੋ ਤੇਜ਼ਾਬ ਜਦੋਂ ਔਨਲਾਈਨ ਮਿਲਣੇ ਸ਼ੁਰੂ ਹੋ ਜਾਣਗੇ ਤਾਂ ਫਿਰ ਕਿੱਥੇ ਦੀ ਕਿੱਥੇ ਗੱਲ ਜਿਹੜੀ ਹੈ ਜਾ ਪੈਂਦੀ ਹੈ। ਹੁਣੇ ਕੁਛ ਵਕਤ ਪਹਿਲਾਂ ਹੀ ਇੱਕ ਕੁੜੀ 'ਤੇ ਐਸਿਡ ਪਾਇਆ ਗਿਆ ਸੀ, ਨਾਬਾਲਿਗ ਸੀ, ਸਕੂਲ ਜਾ ਰਹੀ ਸੀ, ਸਕੂਲ ਜਾ ਰਹੀ ਸੀ ਕੁੜੀ, ਅਤੇ ਉਸਦੇ ਮੂੰਹ 'ਤੇ ਤੇਜ਼ਾਬ ਜਿਹੜਾ ਹੈ ਸੁੱਟ ਦਿੱਤਾ ਗਿਆ। ਫਿਲਹਾਲ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈਗੀ ਆ, ਕਾਫੀ ਜ਼ਿਆਦਾ ਬਰਨਸ ਆਏ ਨੇ ਉਸਦੇ। ਅਤੇ ਇਸ ਦਰਮਿਆਨ ਜਿਹੜਾ ਨੋਟਿਸ ਜਾਰੀ ਕੀਤਾ ਹੈਗਾ, ਤਾਂ ਕਰਕੇ ਕੀਤਾ ਹੈਗਾ ਤਾਂ ਕਿ ਥੋੜ੍ਹੀ ਜਿਹੀ ਅਕਲ ਆਏ, ਪੈਸਾ ਕਮਾਉਣਾ ਜਿਹੜਾ ਹੈ ਸਾਰਾ ਕੁਛ ਨਹੀਂ ਹੁੰਦਾ। ਅੱਜ ਕੱਲ੍ਹ ਔਨਲਾਈਨ ਸਾਨੂੰ ਜਿੰਨੀ ਨੌਲੇਜ ਮਿਲ ਰਹੀ ਹੈਗੀ ਆ, ਤੁਸੀਂ ਇੱਦਾਂ ਦੇ ਪ੍ਰੋਗਰਾਮਸ ਦੇਖ ਰਹੇ ਹੈਗੇ ਹੋ, ਉਸੇ ਤਰ੍ਹਾਂ ਔਨਲਾਈਨ ਜਿਹੜੇ ਨੇ ਉਹ ਹਥਿਆਰ ਅਤੇ ਬੰਬ ਬਣਾਉਣੇ ਵੀ ਦੱਸੇ ਜਾ ਰਹੇ ਨੇ। ਉਸੇ ਤਰ੍ਹਾਂ ਚਲੋ ਸ਼ਰਾਬ ਜਿਹੜੀ ਆ ਔਨਲਾਈਨ ਮਿਲਦੀ ਹੈਗੀ ਆ, ਸਹੂਲਤ ਵਾਲੀ ਗੱਲ ਆ, ਜਿਹੜੀ ਪੀਂਦੇ ਉਹਨਾਂ ਵਾਸਤੇ ਠੀਕ ਆ, ਹੈ ਨਾ, ਉੱਦਾਂ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਆ, ਪਰ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਪੀਏ ਜਾਂ ਇਹ ਨਾ ਪੀਏ। ਇਹ ਬੰਦੇ ਦੀ, ਹਰ ਕਿਸੇ ਦੀ ਆਪਣੀ ਨਿੱਜੀ ਜ਼ਿੰਦਗੀ ਹੈਗੀ ਆ, ਹਰ ਕੋਈ ਆਪਣੇ ਹਿਸਾਬ ਨਾਲ ਚੱਲਦਾ ਹੈਗਾ, ਇਸ 'ਚ ਸਹੀ ਗਲਤ ਕੁਛ ਨਹੀਂ। ਪਰ ਕੁਛ ਅਜਿਹੀਆਂ ਆਈਟਮਸ ਦਾ ਮਿਲਣਾ ਜਿਹੜੀਆਂ ਕਿ ਖਤਰਨਾਕ ਹੋਣ, ਉਹ ਕਿੱਦਾਂ ਔਨਲਾਈਨ ਜਿਹੜੀਆਂ ਨੇ ਉਹ ਅਵੇਲੇਬਲ ਹੋ ਜਾਣ, ਔਨਲਾਈਨ ਤੇਜ਼ਾਬ ਵਿਕ ਰਹੇ ਨੇ, ਔਨਲਾਈਨ ਕੁਛ ਅਜਿਹੇ ਹਥਿਆਰ ਨੇ, ਕੁਝ ਅਜਿਹੇ ਨਾਈਵਸ ਵਿਕ ਰਹੇ ਨੇ ਜਿਨ੍ਹਾਂ ਦੀ ਇੱਕ ਧਾਰ ਇੰਨੀ ਹੈ ਕਿ ਜਿਹੜੀ ਅੰਦਰ ਤੱਕ ਜਿਹੜੀ ਹੈ ਤੁਹਾਡੀ ਵਾਰ ਕਰ ਦਿੰਦੀ ਹੈ, ਫਿਰ ਕਹਿੰਦੇ ਇਹ ਤਾਂ ਕਟਰ ਹੈਗਾ। ਸੋ ਇੱਦਾਂ ਕੁਛ ਚੀਜ਼ਾਂ ਦਾ ਵਿਕਣਾ ਜਿਹੜਾ ਹੈ, ਇਸ 'ਤੇ ਰੋਕ ਲੱਗਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ। ਔਨਲਾਈਨ ਤੇਜ਼ਾਬ ਵਿਕਣਾ, ਇਸ ਤਰ੍ਹਾਂ ਦੇ ਪਦਾਰਥ ਵਿਕਣਾ, ਕੁਛ ਇਸ ਤਰ੍ਹਾਂ ਦੇ ਕੈਮੀਕਲਸ ਵਿਕਣਾ ਜਿਹੜੇ ਕਿ ਜਾਨ ਨੂੰ ਨੁਕਸਾਨ ਪਹੁੰਚਾ ਸਕਦੇ ਹੋਣ, ਜਾਂ ਫਿਰ ਅਜਿਹੇ ਜਿਹੜੇ ਨੁਕਸਾਨ ਪਹੁੰਚਾਉਣ ਵਾਲੇ ਲੋਕ ਹੈਗੇ ਨੇ, ਐਂਟੀ ਸੋਸ਼ਲ ਐਲੀਮੈਂਟਸ ਹੈਗੇ ਨੇ, ਉਹਨਾਂ ਦੇ ਹੱਥ ਚੜ ਜਾਣ ਅਤੇ ਉਹਨਾਂ ਦੇ ਨਾਲ ਇਹ ਹੋਰ ਜਿਹਨੂੰ ਮਾਮਲੇ ਨੂੰ ਖਤਰਨਾਕ ਬਣਾ ਦੇਣ, ਜਿਹੜੇ ਹੋਰ ਸਿੱਟੇ ਨਿਕਲਣੇ ਨੇ ਉਹਨਾਂ ਨੂੰ ਹੋਰ ਖਤਰਨਾਕ ਬਣਾ ਦੇਣ, ਅਜਿਹੀਆਂ ਚੀਜ਼ਾਂ 'ਤੇ ਬੈਨ ਲੱਗਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਪਹਿਲਾਂ ਤੁਹਾਨੂੰ ਅਸੀਂ ਕ੍ਰਾਈਮ ਦੀਆਂ ਖਬਰਾਂ ਜਿਹੜੀਆਂ ਉਹ ਦਿਖਾਈਆਂ ਹੈਗੀਆਂ, ਕਿਉਂਕਿ ਉਹਨਾਂ ਦੇ ਵਿੱਚ ਸੈਂਸਿਟੀਵਿਟੀ ਜਿਹੜੀ ਸੀ ਉਹ ਜ਼ਿਆਦਾ ਹੈਗੀ ਸੀ। ਹੁਣ ਅਸੀਂ ਸੀਐਮ ਮਾਨ ਬਾਰੇ ਵੀ ਗੱਲ ਕਰਨੀ ਹੈਗੀ ਆ। ਲਾਚੋਵਾਲ ਟੋਲ ਪਲਾਜ਼ਾ 'ਤੇ ਪਹੁੰਚੇ, ਬੰਦ ਕੀਤਾ, ਲੋਕਾਂ ਵੱਲੋਂ ਵਾਹਵਾਹੀ ਜਿਹੜੀ ਆ ਉਹ ਖੱਟੀ, ਪਰ ਇਸੇ ਦਰਮਿਆਨ ਇੱਕ ਸਟੇਟਮੈਂਟ ਜਿਹੜੀ ਆ ਉਹ ਸਾਹਮਣੇ ਆਈ, ਜਿਹੜੀ ਕਿ ਸਟੇਟਮੈਂਟ ਅਸੀਂ ਫੜ ਲਈ, ਅਤੇ ਅਸੀਂ ਜਦੋਂ ਸਟੇਟਮੈਂਟ ਫੜ ਲਈ ਤਾਂ ਹੁਣ ਅਸੀਂ ਉਹ ਛੱਡਣੀ ਨਹੀਂ ਹੈਗੀ। ਅਤੇ ਤੁਸੀਂ ਜਦੋਂ ਸਟੇਟਮੈਂਟ ਸੁਣੋਗੇ ਤੁਹਾਨੂੰ ਵੀ ਇਹ ਲੱਗੇਗਾ ਕਿ ਵਾਹ ਵਾਹ, ਜਿਹੜਾ ਇੰਨੇ ਦਿਨ ਤੋਂ ਹੋ ਰਿਹਾ ਸੀ ਉਹ ਫਿਰ ਕੀ ਸੀ। ਸੋ ਉਹ ਸਟੇਟਮੈਂਟ ਹੈਗੀ ਸੀ ਕਿ ਗਵਰਨਰ ਸਾਹਿਬ ਦੇ ਨਾਲ ਸਾਡੇ ਚੰਗੇ ਸੰਬੰਧ ਨੇ,
ਸਾਡੇ ਚੰਗੇ ਸੰਬੰਧ ਨੇ, ਮਾਮੂਲੀ ਜਿਹੀ ਗੱਲਬਾਤ ਜਿਹੜੀ ਹੈ ਹੋ ਜਾਂਦੀ ਹੈਗੀ ਆ, ਸਾਡੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਸੋ ਇੰਨੇ ਚੰਗੇ ਸੰਬੰਧ ਹੈਗੇ ਆ, ਇੰਨਾ ਕੁਛ ਹੈਗਾ, ਤਾਂ ਹੀ ਮਿਨਿਸਟਰੀ ਆਫ ਹੋਮ ਅਫੇਅਰਸ ਨੂੰ ਚਿੱਠੀਆਂ ਜਿਹੜੀਆਂ ਨੇ ਲਿਖੀਆਂ ਜਾਂਦੀਆਂ ਨੇ, ਗਵਰਨਰ ਸਾਹਿਬ ਨੂੰ ਚਿੱਠੀਆਂ ਜਿਹੜੀਆਂ ਨੇ ਲਿਖੀਆਂ ਜਾਂਦੀਆਂ ਨੇ। ਸੋ ਸੰਬੰਧ ਜੋ ਹੈ ਉਹ ਬਹੁਤ ਅੱਛੇ ਹੈ। ਸੋ ਸੰਬੰਧ ਕਹਿੰਦੇ ਆ ਵੀ ਸਾਡੇ ਰਿਸ਼ਤੇ ਬੜੇ ਘੈਂਟ ਆ, ਐਨ ਕੈਮ ਹੈਗੇ ਆ। ਹੁਣ ਤਿੰਨ ਨਾਵਾਂ ਦਾ ਜਿਹੜਾ ਹੈ ਉਹ ਪੈਨਲ ਭੇਜਿਆ ਗਿਆ ਹੈਗਾ, ਅਤੇ ਜਿਹੜੇ ਤਿੰਨ ਨਾਮ ਨੇ ਇਸ ਦੇ ਵਿੱਚ ਪਹਿਲਾਂ ਨਾਨਕ ਸਿੰਘ ਦਾ ਵੀ ਨਾਮ ਸੀ, ਪਰ ਹੁਣ ਉਹ ਨਾਂ ਜਿਹੜਾ ਹੈ ਮਤਲਬ ਪੈਨਲ 'ਚ ਨਹੀਂ ਸੀ ਨਾਮ, ਉਹ ਨਾਂ ਜਿਹੜਾ ਸੀ ਚਰਚਾਵਾਂ ਦੇ ਵਿੱਚ ਸੀ, ਪਰ ਉਹ ਚਰਚਾ ਜਿਹੜੀ ਹੈ ਇਸ ਪੈਨਲ ਦੇ ਅੰਦਰ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ ਹੈਗੀ, ਜਿਹੜੇ ਨਾਂ ਜਿਹੜੇ ਨੇ ਉਹ ਸੌਂਪੇ ਗਏ ਹੈਗੇ ਨੇ। ਸੋ ਅਜਿਹੇ ਵਿੱਚ ਤੁਹਾਨੂੰ ਜਿਵੇਂ ਤੁਸੀਂ ਜਾਣਦੇ ਹੈਗੇ ਹੋ ਕਿ ਜਿਹੜੇ SSP ਚਾਲ ਨੂੰ ਜਿਹੜਾ ਹੈ ਉਹ ਉਹਨਾਂ ਦੇ ਮਾੜੇ ਕੰਡਕਟ ਦਾ ਹਵਾਲਾ ਦਿੱਤਾ ਸੀਗਾ ਅਤੇ ਉਹਨਾਂ ਨੂੰ ਵਾਪਸ ਪੰਜਾਬ ਦੇ ਵੱਲ ਨੂੰ ਘੱਲ ਦਿੱਤਾ ਗਿਆ। ਅਤੇ ਚੰਡੀਗੜ੍ਹ ਹੁਣ ਕਿਹੜਾ ਆਉਣਾ ਹੈਗਾ, ਕਿਉਂਕਿ ਤਿੰਨ ਨਾਂ ਜਿਹੜੇ ਨੇ ਉਹ CM ਭਗਵੰਤ ਮਾਨ ਨੇ ਭੇਜ ਦਿੱਤੇ ਨੇ, ਤੁਹਾਨੂੰ ਉਹ ਤਿੰਨ ਨਾਂ ਜਿਹੜੇ ਆ ਉਹ ਵੀ ਨਾਲੋਂ ਨਾਲ ਅਸੀਂ ਦੱਸ ਦਿੰਦੇ ਹੈਗੇ ਹਾਂ ਕਿ ਉਹ ਤਿੰਨ ਨਾਂ ਜਿਹੜੇ ਨੇ ਉਹ ਕਿਹੜੇ ਕਿਹੜੇ ਹੈਗੇ ਨੇ। ਇੱਕ 2012 ਬੈਚ ਦੇ IPS ਸੰਦੀਪ ਗਰਗ ਜਿਹੜੇ ਨੇ ਉਹ ਹੈਗੇ ਨੇ, ਦੂਜਾ ਜਿਹੜਾ ਹੈਗਾ 2012 ਬੈਚ ਦੇ ਹੀ IPS ਅਖਿਲ ਚੌਧਰੀ, ਅਤੇ ਸਾਲ 2013 ਬੈਚ ਦੇ IPS ਅਧਿਕਾਰੀ ਮੀਨਾ ਦਾ ਨਾਂ ਜਿਹੜਾ ਹੈ ਉਹ ਸ਼ਾਮਿਲ ਹੈਗਾ। ਸੋ ਅਜਿਹੇ ਵਿੱਚ ਇਸ ਤੋਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਕਿ IPS ਨਾਨਕ ਸਿੰਘ ਦਾ ਵੀ ਨਾਂ ਜਿਹੜਾ ਹੈ ਉਹ ਚਰਚਾਵਾਂ ਦੇ ਵਿੱਚ ਆਇਆ ਸੀ, ਪਰ ਹੁਣ ਉਸ 'ਤੇ ਬਿਲਕੁਲ ਵਿਰਾਮ ਜਿਹੜਾ ਹੈ ਉਹ ਲੱਗਿਆ ਹੋਇਆ, ਸੁਖਬੁਗਾਹਟ ਜਿਹੜੀ ਹੈ ਉਹ ਵੀ ਨਹੀਂ ਆ ਰਹੀ ਹੈਗੀ। ਸੋ ਅਜਿਹੇ ਵਿੱਚ ਇਹ ਜਿਹੜੇ ਨਾਂ ਨੇ ਇਹ ਸਾਹਮਣੇ ਨੇ, ਅਤੇ ਜਿਵੇਂ ਕਿਹਾ ਗਿਆ ਸੀ ਸੰਬੰਧ ਅੱਛੇ ਹੈ, ਕੋਈ ਗੜਬੜ ਨਹੀਂ ਹੈਗੀ, ਕੋਈ ਚਿੱਠੀਆਂ ਚਿੱਠੀਆਂ ਦੀ ਕੋਈ ਗੱਲ ਨਹੀਂ ਹੈਗੀ, ਵੀ ਆਪਾਂ ਦੋਸਤ ਹੈਗੇ ਹਾਂ, ਵੀ ਆਰ ਫਰੈਂਡਸ, ਰਿਸ਼ਤੇ ਜਿਹੜੇ ਨੇ ਉਹ ਵਧੀਆ ਹੈਗੇ ਨੇ। ਸੋ ਕੋਈ ਚੱਕਰ ਨਹੀਂ ਹੈਗਾ, ਇਹਨੂੰ ਸਿਆਸਤਬਾਜ਼ੀ ਦੇ ਤੌਰ 'ਤੇ ਨਾ ਦੇਖਿਆ ਜਾਏ, ਜਦੋਂ ਕੋਈ ਗੱਲ ਪੋਜ਼ੀਟਿਵ ਕਰੇ ਤਾਂ ਉਹਨੂੰ ਪੋਜ਼ੀਟਿਵ ਤਰੀਕੇ ਨਾਲ ਦੇਖਿਆ ਜਾਏ। ਚਲੋ ਭੁੱਲ ਜਾਵਾਂਗੇ, ਬਾਕੀ ਚਿੱਠੀਆਂ ਅਸੀਂ ਭੁੱਲ ਜਾਵਾਂਗੇ, ਕੋਈ ਗੱਲ ਨਹੀਂ, ਖਬਰਾਂ ਹੋਰ ਵੀ ਆਉਂਦੀਆਂ ਨੇ, ਜੇ ਵਧੀਆ ਵਧੀਆ ਚੀਜ਼ਾਂ ਆਉਣਗੀਆਂ, ਸੰਬੰਧ ਚੰਗੇ ਹੋਣਗੇ, ਤਾਂ ਯਕੀਨ ਮੰਨੋ ਆਮ ਲੋਕ ਵੀ ਖੁਸ਼ ਹੁੰਦੇ ਹੈਗੇ ਆ। ਹਾਂ, ਖਬਰਾਂ ਵਾਲਿਆਂ ਦਾ ਥੋੜ੍ਹਾ ਉਹਨਾਂ ਦੀ ਜੇਬ ਘੱਟ ਹੋ ਜਾਂਦੀ ਹੈਗੀ ਆ, ਥੋੜ੍ਹੀ ਖਾਲੀ ਹੋ ਜਾਂਦੀ ਹੈਗੀ ਆ, ਕਿਉਂਕਿ ਉਹਨਾਂ ਵਾਸਤੇ ਖਬਰ ਨਹੀਂ ਬਚਦੀ ਹੈਗੀ, ਪਰ ਵੈਸੇ ਜੇ ਸੰਬੰਧ ਚੰਗੇ ਆ ਤਾਂ ਬਹੁਤ ਵਧੀਆ ਗੱਲ ਹੈ, ਯਕੀਨ ਮੰਨੋ। ਪੰਜਾਬ ਪੁਲਿਸ ਦੇ ਸਟੇਟ ਆਪਰੇਸ਼ਨ ਸਪੈਸ਼ਲ ਸੈੱਲ ਨੇ ਇੱਕ ISI ਦਾ ਬੰਦਾ ਫੜਿਆ ਹੈਗਾ। ਹੁਣ ISI ਦਾ ਬੰਦਾ ਤਾਂ ਕਰਕੇ ਕਹਿ ਰਹੇ ਹੈਗੇ ਆ ਕਿ ਹੈਗਾ ਉਹ ਇੱਥੇ ਸੀ ਪੰਜਾਬ, ਪਰ ਉਹ ਇਨਪੁੱਟਸ ਜਿਹੜੀਆਂ ਨੇ ਪੰਜਾਬ ਤੋਂ ਭੇਜਦਾ ਸੀ ਪਾਕਿਸਤਾਨ, ਅਜਿਹਾ ਇਲਜ਼ਾਮ ਕਹਿੰਦੇ ਹੈਗੇ ਆ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ RPG ਹਮਲਾ ਹੋਇਆ ਸੀ, ਅਤੇ ਬਿਲਡਿੰਗਸ ਜਿਹੜੀਆਂ ਨੇ, ਜਿਹੜੀਆਂ ਸੰਵੇਦਨਸ਼ੀਲ ਬਿਲਡਿੰਗਸ ਹੈਗੀਆਂ ਨੇ, ਸੈਂਸਿਟਿਵ ਬਿਲਡਿੰਗਸ ਹੈਗੀਆਂ ਨੇ, ਜਿਹੜੇ ਨਾਜ਼ੁਕ ਏਰੀਆਜ਼ ਹੈਗੇ ਨੇ, ਉਹਨਾਂ ਦੀਆਂ ਪਿਕਚਰਸ ਭੇਜਦਾ ਸੀ, ਹੋਰ ਇਨਫੋਰਮੇਸ਼ਨਸ ਜਿਹੜੀਆਂ ਉਹ ਭੇਜਦਾ ਸੀ। ਅਤੇ ਇਹ ਵੀ ਜਾਣਕਾਰੀ ਮਿਲੀ ਕਿ ਇਹ SFJ ਦੇ ਜਿਹੜਾ ਪੰਮਾ ਹੈਗਾ ਉਹਨੂੰ ਵੀ ਚੀਜ਼ਾਂ ਜਿਹੜੀਆਂ ਭੇਜਦਾ ਹੈਗਾ ਸੀਗਾ, ISI ਨੂੰ ਭੇਜਦਾ ਸੀ, ਉਸ ਨੂੰ ਭੇਜਦਾ ਸੀ। ਉਸ ਤੋਂ ਇਲਾਵਾ ਇਹਨੇ ਜਿਹੜਾ ਇਹ ਕੰਮ ਫੜਿਆ, ਇਹ ਇੱਥੇ ਨਹੀਂ ਕਿ ਵੀ ਉੱਥੇ ਰਹਿੰਦਾ ਹੋਵੇ, ਪਾਕਿਸਤਾਨ ਇੱਥੇ ਆ ਗਿਆ ਹੋਵੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਇਹ ਇੱਥੇ ਹੀ ਚੰਡੀਗੜ੍ਹ ਦੇ ਵਿੱਚ ਕਹਿੰਦੇ ਵੱਡਾ ਹੋਇਆ, ਪੜਿਆ, ਅਤੇ ਫੇਸਬੁੱਕ ਰਾਹੀਂ ਇਹ ਉਹਨਾਂ ਦੇ ਸੰਪਰਕ ਦੇ ਵਿੱਚ ਆਇਆ। ਸੋ ਫੇਸਬੁੱਕ ਕਿੰਨੀ ਖਤਰਨਾਕ ਹੋ ਸਕਦੀ ਆ, ਸੋਸ਼ਲ ਮੀਡੀਆ ਕਿੰਨਾ ਖਤਰਨਾਕ ਹੋ ਸਕਦਾ ਜੇ ਉਹਨੂੰ ਇਸ ਤਰੀਕੇ ਨਾਲ ਇਸਤੇਮਾਲ ਕੀਤਾ ਜਾਏ, ਇਹ ਅਸੀਂ ਸਾਰੇ ਜਾਣਦੇ ਹੈਗੇ ਹਾਂ। ਸੋ ਅਜਿਹੇ ਵਿੱਚ ਉਹ ਉਸਦਾ ਮੋਡਸ ਕਿਸ ਤਰ੍ਹਾਂ ਸੀ, ਕੀ ਉਹ ਕੁਛ ਕਰਦਾ ਸੀਗਾ, ਉਹਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਅਤੇ 4 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਮਿਲ ਗਿਆ ਹੈਗਾ। ਸੋ ਅਜਿਹੇ ਵਿੱਚ ਇਸ ਬੰਦੇ ਦਾ ਫੜੇ ਜਾਣਾ ਪਤਾ ਲੱਗ ਰਿਹਾ, ਇਹ ਕਿਹਾ ਜਾ ਰਿਹਾ ਕਿ ਇਸ ਤੋਂ ਬਹੁਤ ਸਾਰੀਆਂ ਇਨਫੋਰਮੇਸ਼ਨ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆ ਸਕਦੀਆਂ ਨੇ, ਕਿਉਂਕਿ ਤੁਹਾਨੂੰ ਪਤਾ ਕਿ ਪੁਲਿਸ ਨੂੰ ਇਨਪੁੱਟਸ ਜਿਹੜੀਆਂ ਉਹ ਮਿਲੀਆਂ ਕਿ ਹਾਈਵੇ ਦੇ ਨਾਲ ਲੱਗਦੇ ਜਿਹੜੇ ਪੁਲਿਸ ਸਟੇਸ਼ਨਸ ਹੈਗੇ ਨੇ, ਹਾਈਵੇ ਦੇ ਨਾਲ ਲੱਗਦੀਆਂ ਜਿਹੜੀਆਂ ਬਿਲਡਿੰਗਸ ਹੈਗੀਆਂ ਨੇ, ਉਹਨਾਂ 'ਤੇ ਖਤਰਾ ਜਿਹੜਾ ਹੈ ਬਹੁਤ ਵੱਡਾ ਖਤਰਾ ਬਣਿਆ ਹੋਇਆ। ਹੁਣੇ ਹੁਣੇ ਜਿਹੜਾ RPG ਅਟੈਕ ਹੋਇਆ ਤਰਨ ਤਾਰਨ ਦੇ ਵਿੱਚ, ਉਹ ਵੀ ਇਸ ਗੱਲ ਦਾ ਸਬੂਤ ਹੈਗਾ। ਹੁਣ ਤੁਹਾਨੂੰ ਪਤਾ ਵੀ ਥਾਣਿਆਂ ਦੀਆਂ ਜਿਹੜੀਆਂ ਕੰਧਾਂ ਨੇ ਉਹ ਉੱਚੀਆਂ ਕਰ ਰਹੇ ਹੈਗੇ ਆ, ਨਾਲ ਦੇ ਨਾਲ ਨੈੱਟ ਜਿਹੜੇ ਨੇ ਉਹ ਲਗਾਏ ਜਾ ਰਹੇ ਹੈਗੇ ਆ। ਸੋ ਵੱਡੇ ਖਤਰਿਆਂ ਦੇ ਅੰਦੇਸ਼ੇ ਹੈਗੇ ਨੇ, ਖਦਸ਼ੇ ਹੈਗੇ ਨੇ, ਅਤੇ ਅਜਿਹੀਆਂ ਜਦੋਂ ਧਰਪਕੜਾਂ ਹੁੰਦੀਆਂ ਨੇ, ਸੋ ਸਟਰੋਂਗ ਇਨਪੁੱਟਸ ਮਿਲਣ ਦੀ ਜਿਹੜੀ ਆ ਉਹ ਖਬਰ ਹੁੰਦੀ ਹੈ। ਕੁਝ ਵਟਸਐਪ ਕਾਲਿੰਗ SFJ ਵਾਲੇ ਦੇ ਪੰਮੇ ਦੇ ਨਾਲ ਇਸ ਦੀ ਵਟਸਐਪ ਕਾਲਿੰਗ ਵੀ, ਜੇ ਸੂਤਰਾਂ 'ਤੇ ਜਾਈਏ ਤਾਂ ਉਹ ਵੀ ਮਿਲੀ ਹੈਗੀ ਆ। ਹੁਣ ਜਿਹੜੇ 4 ਦਿਨ ਪੁਲਿਸ ਨੇ ਰੜਕਣਾ ਹੈਗਾ ਇਸ ਬੰਦੇ ਨੂੰ, ਤਾਂ ਦੇਖਣਗੇ ਕਿ ਕੀ ਕੁਝ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈਗਾ। ਸੋ ਬੜਾ ਕੁਛ ਜਿਹੜਾ ਹੈ ਇਸ ਦੇ ਵਿੱਚ ਸਾਹਮਣੇ ਆਇਆ, ਬਹੁਤ ਸਾਰੀਆਂ
ਥਾਣਿਆਂ ਤੇ ਆਰਮੀ ਬੇਸ ਦੀਆਂ ਜਿਹੜੀਆਂ ਜਾਣਕਾਰੀਆਂ ਇਸ ਬੰਦੇ ਨੇ ਦਿੱਤੀਆਂ ਸਨ। ਅਜਿਹੀ ਇਨਫੋਰਮੇਸ਼ਨ ਵੀ ਜਿਹੜੀ ਆ ਉਹ ਆ ਰਹੀ ਹੈਗੀ ਆ ਕਿ ਜਿਹੜੀਆਂ ਇਹਨਾਂ ਬਿਲਡਿੰਗਸ ਬਾਰੇ, ਇਹਨਾਂ ਦੇ ਅੰਦਰ ਹੋ ਰਹੇ ਕੰਮ ਬਾਰੇ, ਇਹ ਸਾਰੀਆਂ ਖੁਫੀਆ ਜਾਣਕਾਰੀਆਂ ਜਿਹੜੀਆਂ ਉਹ ਬਾਹਰ ਜਿਹੜਾ ਹੈ ਉਹ ਪਹੁੰਚਾਉਂਦਾ ਸੀ। ਮੋਹਾਲੀ ਤੋਂ ਇਹ ਫੜਿਆ ਗਿਆ। ਸੋ SSOC ਦੀ ਬਿਲਡਿੰਗ ਦੀ ਵੀ ਭੇਜੀ ਸੀ ਫੋਟੋ, ਜਿਹੜੀ ਕਿ ਇਹ ਪੁਲਿਸ ਦੀ ਵੀ ਜਸੂਸੀ ਜਿਹੜਾ ਹੈ ਉਹ ਕਰ ਰਿਹਾ ਸੀਗਾ। ਸੰਵੇਦਨਸ਼ੀਲ ਦਸਤਾਵੇਜ਼ ਹੋ ਗਏ, ਲੋਕੇਸ਼ਨਸ ਹੋ ਗਈਆਂ, ਫਿਰ ਫੋਟੋਗ੍ਰਾਫਸ ਹੋ ਗਈਆਂ, ਇਹ ਅੱਗੇ ਪਹੁੰਚਾ ਰਿਹਾ ਸੀ। ਸੋ ਅਜਿਹੇ ਵਿੱਚ ਜਦੋਂ ਪੁਲਿਸ ਦੀ ਵੀ ਮੁਖਬਰੀ ਹੋ ਰਹੀ ਹੋਵੇ ਤਾਂ ਗੱਲ ਜਿਹੜੀ ਆ ਉਹ ਕਿੱਥੇ ਦੀ ਕਿੱਥੇ ਜਾ ਪੈਂਦੀ ਹੈ। ਸੋ ਇਸ ਨੂੰ, ਇਸ ਬੰਦੇ ਨੂੰ ਇੱਕ ਵੱਡੀ ਕਾਮਯਾਬੀ, ਇਸ ਦਾ ਫੜਿਆ ਜਾਣਾ ਇੱਕ ਵੱਡੀ ਕਾਮਯਾਬੀ ਜਿਹੜਾ ਹੈ ਉਹ ਮੰਨਿਆ ਜਾ ਸਕਦਾ ਹੈਗਾ, ਕਿਉਂਕਿ ਅੱਗੇ ਪਤਾ ਨਹੀਂ ਇਸ 'ਤੇ ਹੋਰ ਕੀ ਕੁਝ ਕਰਨਾ ਸੀ। ਸੋ 4 ਦਿਨਾਂ ਦੇ ਰਿਮਾਂਡ ਦੇ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਤੁਹਾਨੂੰ ਇਸ ਸ਼ੋਅ ਦੇ ਵਿੱਚ ਪਤਾ ਲੱਗ ਹੀ ਜਾਣਾ। ਜਾਂਦਿਆਂ ਜਾਂਦਿਆਂ ਇੱਕ ਲਾਈਟ ਜਿਹੀ ਗੱਲ ਕਰ ਲੈਂਦੇ ਹਾਂ। ਕੱਲ੍ਹ ਅਸੀਂ ਉਸ ਲਾੜੀ ਦੀ ਗੱਲ ਕਰ ਰਹੇ ਸੀ ਵੀ ਪੱਤਰਕਾਰ ਨਾਲ ਕੀ ਕੁਝ ਗੱਲ ਹੋਈ, ਲਾੜੀ ਨੇ ਕੀ ਕੁਝ ਕਿਹਾ। ਉਹੀ ਲਾੜੀ ਨੇ ਜਿਹੜਾ ਆਪਣਾ ਹੱਥ ਸੀ ਛੁਡਵਾ ਲਿਆ ਸੀ, ਅਤੇ ਉਹਨੇ ਫਿਰ ਗੱਲ ਜਿਹੜੀ ਆ ਬਣੀ ਨਹੀਂ ਸੀ ਉੱਥੇ। ਮਾਂ ਜਿਹੜੀ ਆ ਹੋਸਪਿਟਲ ਪਹੁੰਚ ਗਈ ਸੀ ਅਤੇ ਵਿਆਹ ਜਿਹੜਾ ਹੈ ਉੱਥੇ ਟੁੱਟ ਗਿਆ ਸੀ। ਇਹ ਸਾਰੀਆਂ ਗੱਲਾਂ ਅਸੀਂ ਕੱਲ੍ਹ ਕੀਤੀਆਂ ਸੀ। ਅਸੀਂ ਰਿਸ਼ਤਿਆਂ ਦੇ ਤਾਨੇ ਬਾਨੇ ਬਾਰੇ ਵੀ ਗੱਲ ਕੀਤੀ ਸੀਗੀ ਇੱਥੇ। ਅਤੇ ਤੁਹਾਨੂੰ ਦੱਸ ਦਈਏ ਕਿ ਉਸ ਮੁੰਡੇ ਦਾ ਵਿਆਹ ਜਿਹੜਾ ਹੈ ਉਹ ਹੋ ਗਿਆ ਹੈ, ਉਸੇ ਕੁੜੀ ਨਾਲ ਨਹੀਂ, ਕਿਸੇ ਹੋਰ ਕੁੜੀ ਨਾਲ ਉਸਦਾ ਵਿਆਹ ਜਿਹੜਾ ਹੈ ਉਹ ਹੋ ਗਿਆ ਹੈਗਾ। ਸੋ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਵਧਾਈਆਂ ਦੇ ਰਹੇ ਨੇ, ਨਾਲ ਨਾਲ ਕਹਿ ਰਹੇ ਨੇ ਬਚ ਗਿਆ ਤੂੰ ਮੁੰਡਿਆ, ਬਚ ਗਿਆ, ਇਹੋ ਜਿਹੀ ਕੁੜੀ ਨਹੀਂ ਮਿਲੀ। ਪਰ ਕੀ ਪਤਾ ਅਸਲੀਅਤ ਅੰਦਰ ਦੀ ਕੀ ਹੁੰਦੀ ਹੈਗੀ ਆ। ਸੋਸ਼ਲ ਮੀਡੀਆ ਆ, ਕਿਸੇ ਨੂੰ ਕੁਛ ਦਿਖਾਉਂਦਾ, ਕਿਸੇ ਨੂੰ ਕੁਛ ਦਿਖਾਉਂਦਾ, ਕੁਛ ਕਹਿ ਨਹੀਂ ਸਕਦੇ ਹੁੰਦੇ। ਪਰ ਹਾਂ, ਇਹ ਗੱਲ ਆ ਕਿ ਵਿਆਹ ਦੀਆਂ, ਉਸਦੇ ਦੂਜੇ ਵਿਆਹ ਦੀਆਂ, ਦੂਜਾ ਵਿਆਹ ਕਹਾਂਗੇ, ਨਵਾਂ ਵਿਆਹ ਕਹਾਂਗੇ, ਤਸਵੀਰਾਂ ਸਾਹਮਣੇ ਆ ਗਈਆਂ ਨੇ, ਕਿਉਂਕਿ ਉੱਥੇ ਤਾਂ ਗੱਲ ਜਿਹੜੀ ਹੈ ਉੱਥੇ ਹੀ ਥੰਮ ਗਈ ਸੀ। ਉਸ ਤੋਂ ਬਾਅਦ ਗੱਲ ਨਹੀਂ ਸੀ ਹੋਈ। ਉਹ ਮੁੰਡਾ ਜਿਹੜਾ ਹੈ ਆਪਣੀ ਮਾਂ ਨੂੰ ਲੈ ਕੇ ਚਲਾ ਗਿਆ ਸੀ, ਲਾੜਾ ਮਾਂ ਨੂੰ ਲੈ ਕੇ ਚਲਾ ਗਿਆ ਸੀ ਜਦੋਂ ਇੰਨਾ ਬਵਾਲ ਹੋਇਆ। ਸੋ ਹੁਣ ਉਹਨੇ, ਯਾਨੀ 10 ਦਸੰਬਰ ਨੂੰ ਵਿਆਹ ਸੀ, ਇਹ ਸਾਰਾ ਕੁਛ ਹੋਇਆ, ਅਤੇ ਅੱਜ ਉਸਨੇ ਵਿਆਹ ਜਿਹੜਾ ਹੈ ਉਹ ਕਰ ਵੀ ਲਿਆ। ਠੀਕ ਆ, ਫਿਰ ਜ਼ਿੰਦਗੀ 'ਤੇ ਜਿਹੜੀ ਆ ਅੱਗੇ ਤੋਰਨੀ ਹੁੰਦੀ ਆ, ਸੋ ਉਹਨੇ ਤੋਰ ਲਈ ਹੈਗੀ ਆ। ਸੋ ਹੁਣ ਗੱਲ ਇਸ ਤਰ੍ਹਾਂ ਆ, ਅਸੀਂ ਆਪਣੀ ਗੱਲ ਵੀ ਕਰ ਲਈਏ ਕਿ ਖ਼ਬਰਾਂ ਦੇ ਵਿੱਚ ਕੋਈ ਕੋਸ਼ਿਸ਼ ਕਰੀਦੀ ਆ ਕਿ ਕੋਈ ਇੱਦਾਂ ਦੀ ਗੱਲ ਨਾ ਰਹਿ ਜਾਏ ਜਿਹੜੀ ਤੁਹਾਨੂੰ ਨਾ ਦੱਸੀਏ। ਕੁਛ ਖ਼ਬਰਾਂ ਜਿਹੜੀਆਂ ਨੇ ਉਹ ਰਹਿੰਦੀਆਂ ਵੀ ਨੇ, ਉਹ ਟਾਈਮ ਦੀ ਘਾਟ ਹੁੰਦੀ ਹੈਗੀ ਆ, ਪਰ ਫਿਰ ਵੀ ਜਿਹੜੀ ਗੱਲ ਹੁੰਦੀ ਆ ਕਿ ਮੇਨ ਗੱਲਾਂ ਜਿਹੜੀਆਂ ਤੁਹਾਡੇ ਤੱਕ ਪਹੁੰਚ ਜਾਣ, ਉਹ ਗੱਲਾਂ ਤੁਹਾਡੇ ਤੱਕ ਪਹੁੰਚ ਜਾਂਦੀਆਂ ਹੈਗੀਆਂ। ਅਤੇ ਜਦੋਂ ਗੱਲਾਂ ਤੁਹਾਡੇ ਤੱਕ ਪਹੁੰਚ ਜਾਂਦੀਆਂ ਹੈਗੀਆਂ, ਇਸ ਦਾ ਮਤਲਬ ਇਹ ਹੈ ਕਿ ਕਮੈਂਟਸ ਰਾਹੀਂ ਜ਼ਰੂਰ ਦੱਸਿਆ ਕਰੋ ਕਿ ਇਸ ਖ਼ਬਰ ਬਾਰੇ ਤੁਸੀਂ ਕੀ ਸੋਚਦੇ ਹੈਗੇ ਹੋ। ਮੈਂ ਪਹਿਲਾਂ ਵੀ ਕਿਹਾ ਕਿ ਨਜ਼ਰ ਅਤੇ ਨਜ਼ਰੀਆ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਪ੍ਰੋਗਰਾਮ 'ਤੇ ਨਜ਼ਰ ਰੱਖ ਰਹੇ ਹੋ, ਕਮੈਂਟਸ 'ਤੇ ਨਜ਼ਰੀਆ ਆਪਣਾ ਜ਼ਰੂਰ ਦੱਸਿਆ ਕਰੋ, ਕਿਉਂਕਿ ਤੁਹਾਡੇ ਹੋਣ ਨਾਲ ਹੀ ਤਾਂ ਸ਼ੋਅ ਮੁਕੰਮਲ ਹੁੰਦਾ ਹੈਗਾ। ਮੈਂ ਤਾਂ ਥੋੜ੍ਹੇ ਚਿਰਾਂ ਦੀ ਮਹਿਮਾਨ ਹੈਗੀ ਹਾਂ, ਅਤੇ ਤੁਹਾਡੇ ਕਮੈਂਟਸ ਰਾਹੀਂ ਮੈਂ ਵੀ ਦੇਖ ਲਾਂਗੀ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਇਸ ਸ਼ੋਅ ਨੂੰ ਪਸੰਦ ਕਰ ਰਹੇ ਹੈਗੇ ਹੋ, ਕਿਸ ਤਰ੍ਹਾਂ ਦੇ ਨਾਲ ਤੁਹਾਡਾ ਰਿਸਪੋਂਸ ਆ ਰਿਹਾ। ਕਿਉਂਕਿ ਜਦੋਂ ਆਪਾਂ ਕੈਮਰੇ ਦੇ ਅੱਗੇ ਹੈਗੇ ਹਾਂ ਨਾ, ਤਾਂ ਇਹ 2-way ਕਨਵਰਸੇਸ਼ਨ ਨਹੀਂ ਹੋ ਸਕਦੀ ਹੈਗੀ। ਮੈਨੂੰ ਇੱਦਾਂ ਬਿਲਕੁਲ ਇੱਥੇ ਬੈਠਿਆ ਹੀ ਫੀਲ ਹੋ ਰਿਹਾ ਐਜ਼ ਇਫ ਆਈ ਐਮ ਟਾਕਿੰਗ ਟੂ ਯੂ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਹੈ ਨਾ। ਇਹ ਮੇਰੀ ਫੀਲਿੰਗ ਹੈਗੀ ਆ, ਪਰ ਅਸਲ ਵਿੱਚ ਮੈਂ ਗੱਲ ਤਾਂ ਕੈਮਰੇ ਨਾਲ ਹੀ ਕਰ ਰਹੀ ਹਾਂ, ਹੈ ਨਾ। ਪਰ ਕਿਤੇ ਨਾ ਕਿਤੇ ਮੈਂ ਕਨੈਕਟ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿ ਤੁਹਾਡੇ ਨਾਲ ਮੇਰੀ ਹਰ ਗੱਲ ਜਿਹੜੀ ਹੈ ਕਨੈਕਟ ਹੋਏ, ਤੁਹਾਨੂੰ ਧਿਆਨ ਵਿੱਚ ਰੱਖੇ ਕਿ ਕਿਹੜੀਆਂ ਖ਼ਬਰਾਂ ਜਿਹੜੀਆਂ ਨੇ ਲੋਕ ਹਿੱਦੀਆਂ ਨੇ ਦੂਰ ਬੈਠਿਆਂ, ਤੁਸੀਂ ਕਿਹੜੀ ਖ਼ਬਰ ਜਿਹੜੀ ਪੰਜਾਬ ਦੀ ਜਾਣਨਾ ਚਾਹੁੰਦੇ ਹੋ, ਅਤੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਵਾਸਤੇ ਖ਼ਬਰਾਂ ਦਾ ਅਨਾਲਿਸਿਸ ਜਿਹੜਾ ਹੈ ਕਿੰਨਾ ਜ਼ਿਆਦਾ ਜ਼ਰੂਰੀ ਆ, ਇਹ ਵੀ ਅਸੀਂ ਜਾਣਦੇ ਹੈਗੇ ਹਾਂ। ਸੋ ਅਜਿਹੇ ਵਿੱਚ ਹਰ ਤਰ੍ਹਾਂ ਨਾਲ ਤੁਹਾਡੇ ਵਾਸਤੇ ਕੋਸ਼ਿਸ਼ ਹੈ ਕਿ ਖ਼ਬਰਾਂ ਦੇ ਵਿੱਚ ਵਰਾਇਟੀ ਵੀ ਹੋਵੇ, ਖ਼ਬਰਾਂ ਤੱਥ ਦੇ ਆਧਾਰਿਤ 'ਤੇ ਹੋਣ ਹੀ ਹੋਣ, ਫੈਕਟ ਚੈੱਕ 'ਤੇ ਉਹਨਾਂ ਦਾ ਹੋਵੇ ਹੀ ਹੋਵੇ, ਪਰ ਨਾਲ ਦੇ ਨਾਲ ਸਮਾਜਿਕ ਪੱਖੋਂ, ਲੋਕ ਹਿੱਤ ਦੇ ਪੱਖੋਂ ਉਹ ਖ਼ਬਰਾਂ ਕਿੱਥੇ ਨੂੰ ਜਾਂਦੀਆਂ ਨੇ, ਕੀ ਕਹਿ ਰਹੀਆਂ ਨੇ, ਅਸੀਂ ਉਸ ਨਾਲ ਕਿੱਥੇ ਨੂੰ ਜਾ ਰਹੇ ਹਾਂ, ਸਮਾਜ ਉਸ ਮੁਤਾਬਕ ਕਿੱਥੇ ਨੂੰ ਜਾ ਰਿਹਾ, ਇਸ 'ਤੇ ਗੌਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਕਿਉਂਕਿ ਕਹਿੰਦੇ ਆ ਵੀ ਸਵੇਰੇ ਅਤੇ ਸ਼ਾਮ ਇੱਕ ਵਾਰੀ ਸ਼ੀਸ਼ਾ ਜ਼ਰੂਰ ਦੇਖ ਲੈਣਾ ਚਾਹੀਦਾ, ਅਤੇ ਜੇ ਇਹ ਸ਼ੀਸ਼ੇ ਦਾ ਕੰਮ ਇਹ ਸ਼ੋਅ ਕਰਦੇ ਤਾਂ ਫਿਰ ਕੋਈ ਮਾੜੀ ਗੱਲ ਤਾਂ ਨਹੀਂ ਹੈ ਨਾ। ਇਹ ਨਾਲੇ ਪੁਣ ਨਾਲੇ ਫਲੀਆਂ। ਆਪਣਾ ਬਹੁਤ ਬਹੁਤ ਧਿਆਨ ਰੱਖਿਓ, ਕੱਲ੍ਹ ਨੂੰ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।